ਵੜਿਆ ਪਾਣੀ ਕਿਸਾਨ ਹੋਏ ਪਰੇਸ਼ਾਨ ਨਾ ਕੋਈ ਪੁਖਤਾ ਪ੍ਰਬੰਧ ਨਾ ਕੋਈ ਪੁੱਛਣ ਵਾਲਾ ਬਾਤ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਪਿੱਛੇ ਦਿਨੀ ਪਏ ਮੀਂਹ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਤੇ ਵਧਾਈਆਂ ਹੀ ਵਧਾਈਆਂ ਪਰ ਕਿਸਾਨਾਂ ਨੂੰ ਵੀ ਨਹੀਂ ਛੱਡਿਆ ਜੀ ਹਾਂ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਅਤੇ ਉਹ ਬੇਹੱਦ ਪਰੇਸ਼ਾਨ ਹੋ ਚੁੱਕੇ ਨੇ ਬਰਸਾਤ ਦੇ ਪਾਣੀ ਨੂੰ ਲੈ ਕੇ ਕੋਈ ਪੁਖਤਾ ਪ੍ਰਬੰਧ ਨਾ ਹੋਣ ਦੇ ਚਲਦੇ ਪਿਛਲੇ ਦਿਨੀ ਪਏ ਮੀਂਹ ਨੇ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਖੇਤੀਬਾੜੀ ਨੂੰ ਲੈ ਕੇ ਨੀਤੀਆਂ ਨੇ ਉਸ ਤੋਂ ਪਹਿਲਾਂ ਹੀ ਪਰੇਸ਼ਾਨ ਨੇ ਉੱਤੋਂ ਦੀ ਕੁਦਰਤ ਨੇ ਵੀ ਉਹਨਾਂ ਦੇ ਉੱਤੇ ਕਹਿਰ ਬਰਸਾਇਆ ਹੈ ਅਸ਼ਵਾਸਨ ਮਿਲਿਆ ਹੈਗਾ ਤੇ ਤੁਸੀਂ ਇੱਥੋਂ ਜਿਹੜਾ ਜਾਮ ਚੱਕ ਰਹੇ ਹੋ ਵੇਖੋ ਜੀ ਅਸੀਂ ਲੰਮੇ ਸਮੇਂ ਤੋਂ ਨਾਰਾ ਲਾਉਂਦੇ ਆ ਰਹੇ ਹਾਂ ਕਿ ਜਿੱਤ ਲੜਦੇ ਹੋਏ ਲੋਕਾਂ ਦੀ ਸੋ ਅੱਜ ਇਹ ਲੜਦੇ ਹੋਏ ਲੋਕਾਂ ਦੀ ਜਿੱਤ ਹੋਈ ਹੈ ਜਿਨ੍ਹਾਂ ਨੇ ਕੱਲ੍ਹ ਤੱਕ ਸਾਨੂੰ ਜਵਾਬ ਦਿੱਤਾ ਸੀ ਕਿ ਅਸੀਂ ਕੱਖ ਵੀ ਨਹੀਂ ਕਰ ਸਕਦੇ ਉਹੀ SDM ਅੱਜ ਸਾਡੇ ਇੱਥੇ ਆਇਆ ਹੈ ਉਹਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ 20 ਮੋਟਰਾਂ ਚੱਲਦੀਆਂ ਕਰ ਦਿਆਂਗੇ 4 ਮੋਟਰਾਂ ਹੁਣੇ ਮਤਲਬ ਐਸੇ ਟਾਈਮ ਤੇ ਆ ਗਿਆ ਬੰਦਾ ਉਹ ਲਾ ਦਿੰਦਾ ਹੈ ਬਾਕੀ 6-6 ਮੋਟਰਾਂ ਹੋਰ ਮਤਲਬ 20 ਮੋਟਰਾਂ ਅਸੀਂ ਚਾਲੂ ਕਰ ਦਿਆਂਗੇ ਅੱਜ ਦੀ ਰਾਤ 'ਚ ਉਹਦੇ ਤੋਂ ਬਿਨਾਂ ਤੁਸੀਂ ਮਤਲਬ ਆਪਦੇ ਤੌਰ ਤੇ ਆਪਦੇ ਕਿਸਾਨਾਂ ਤੋਂ ਮੋਟਰਾਂ ਲਵਾਓ ਉਹਦਾ ਕਿਰਾਇਆ ਪ੍ਰਸ਼ਾਸਨ ਦੇਵੇਗਾ 50,000 ਦਾ ਚੈੱਕ ਉਹਨੇ ਸਾਨੂੰ ਹੁਣੇ ਇੱਥੇ ਮੌਕੇ ਤੇ ਦਿੱਤਾ ਹੈ ਉਹ ਕਹਿੰਦਾ ਸੀ ਇਹ ਖਰਚਾ ਜਾਏਗਾ ਕੱਲ ਤੱਕ ਤੇ ਕੱਲ ਤੱਕ ਅਸੀਂ ਹੋਰ ਦੇ ਦਿਆਂਗੇ ਜੋ ਆਵੇਗਾ ਇਹ ਫੈਸਲਾ ਹੋਇਆ ਕਿੰਨੇ ਪਿੰਡਾਂ ਦੇ ਵਿੱਚ ਪਾਣੀ ਭਰਿਆ ਦੇਖੋ ਜੀ ਇਹ ਜਿਹੜਾ ਇਸ ਸੜਕ ਤੋਂ ਇੱਧਰ ਦੀ ਗੱਲ ਕਰੀਏ ਇਹ ਤਾਂ ਇਹ 5-6 ਪਿੰਡ ਨੇ ਜਿਨ੍ਹਾਂ 'ਚ ਪਾਣੀ ਭਰਿਆ ਹੈ ਇਹਨਾਂ ਦੀ ਮਤਲਬ 2,500 ਏਕੜ ਤੋਂ ਉੱਪਰ ਪੈ ਲਈ ਪਰ ਜੇ ਐਂ ਗੱਲ ਕਰੀਏ ਇੱਧਰ ਇਹ ਫਰੀਦਕੋਟ ਵਾਲਾ ਏਰੀਆ ਅਤੇ ਫਿਰ ਇਹ 20 ਦੇ ਕਰੀਬ ਪਿੰਡ ਬਣਦੇ ਨੇ ਜਿਨ੍ਹਾਂ 'ਚ ਪਾਣੀ ਭਰਿਆ ਹੋਇਆ ਅਤੇ 20,000 ਏਕੜ ਦੇ ਕਰੀਬ ਹੈ ਫਸਲ ਸਾਰੀ ਹਾਂ ਜਿਹੜਾ ਇਹ ਪੂਰਾ ਰਕਬਾ ਹੈ 20,000 ਏਕੜ ਦੇ ਕਰੀਬ ਹੈ ਜਿਹੜਾ ਉਹਨੂੰ ਇਸ ਵਕਤ ਪਾਣੀ ਨੁਕਸਾਨ ਕਰ ਰਿਹਾ ਔਰ ਇਹ ਪਿਛਲੇ 52 ਸਾਲ ਤੋਂ ਕਰ ਰਿਹਾ ਉਹਦਾ ਪੱਕਾ ਹੱਲ ਕੋਈ ਨਹੀਂ ਹੋਇਆ ਹਰ ਸਾਲ ਆਹੀ ਕੰਜਰ ਕਲੇਸ਼ ਹੈ ਸੜਕ ਰੋਕੋ ਕੁਛ ਕਰੋ ਤੇ ਹੱਲ ਹੁੰਦਾ ਨਹੀਂ ਤੇ ਪੱਕਾ ਇਲਾਜ ਕੋਈ ਨਹੀਂ ਕਰ ਰਿਹਾ ਕੀ ਹੋਣਾ ਚਾਹੀਦਾ ਪੱਕਾ ਹੱਲ ਕੀ ਹੈ ਇਹਦੇ ਨਾਲ ਸੂਬੇ ਸੀਮ ਨਾਲਾ ਕੱਢਿਆ ਜਾ ਸਕਦਾ ਨਹਿਰ ਦੇ ਨਾਲ ਨਹਿਰ ਦੇ ਵਿੱਚੋਂ ਸੈਲਫ ਬਣਾ ਕੇ ਥੱਲਿਓਂ ਦੀ ਅਤੇ ਪਾਣੀ ਹੈ ਜਿਹੜਾ ਉਹ ਸੇਮ ਨਾਲੇ ਦੇ ਵਿੱਚ ਵੀ ਪਾਇਆ ਜਾ ਸਕਦਾ ਹੈ ਜ਼ਿਆਦਾ ਨਹੀਂ ਕੋਈ 2-4 ਕਰੋੜ ਦਾ ਹੀ ਪ੍ਰੋਜੈਕਟ ਹੈ ਪਰ ਇੱਥੇ ਹਰ ਸਾਲ ਹੀ ਮਤਲਬ 20-25 ਲੱਖ ਲਾਉਂਦਾ ਪ੍ਰਸ਼ਾਸਨ ਪਰ ਉਹ ਕੋਈ 2-4 ਕਰੋੜ ਲਾਉਣ ਨੂੰ ਤਿਆਰ ਨਹੀਂ ਫਿਲਹਾਲ ਹੁਣ ਪ੍ਰਸ਼ਾਸਨ ਦੇ ਵਾਲੀ ਅੱਖਾਂ ਅੱਡ ਕੇ ਕਿਸਾਨ ਦੇਖ ਰਹੇ ਨੇ ਤਾਂ ਜੋ ਉਹਨਾਂ ਦੀ ਕੋਈ ਮਦਦ ਕਰ ਦਿੱਤੀ ਜਾਵੇ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੇਕਰ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਉਹ ਧਰਨੇ ਤੇ ਬੈਠ ਜਾਣਗੇ ਜਿਹੜਾ ਇੱਥੇ ਧਰਨਾ ਲਾਇਆ ਗਿਆ ਕੀ ਮਾਮਲਾ ਸਰ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਠੀਕ ਹੈ ਉਹ ਤਾਂ ਗੱਲ ਭਾਰੀ ਬਾਰਿਸ਼ ਹੋਣ ਕਰਕੇ ਪਾਣੀ ਜਮ੍ਹਾਂ ਹੋਇਆ ਨਹੀਂ ਨਹੀਂ ਪੁੱਠਾ ਤਾਂ ਨਹੀਂ ਤਾਂ ਜਿਹੜੀ ਨਹਿਰਾਂ ਨੇ ਨਹਿਰਾਂ ਦੇ ਨਾਲ ਡਾਫ ਲੱਗੀ ਹੋਈ ਹੈ ਤੇ ਪ੍ਰਸ਼ਾਸਨ ਨੂੰ ਪਾਣੀ ਕਢਾਉਣ ਦਾ ਪ੍ਰਬੰਧ ਕਰ ਰਿਹਾ ਨਹੀਂ ਨਹੀਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਆਲਰੇਡੀ ਮਹਿਮਾ ਤੇ ਰੋੜਾਂ ਵਾਲੇ 2 ਪੁਆਇੰਟ ਬਣਾਏ ਗਏ ਆ ਜਿਹੜੀਆਂ ਕਿ ਸਰਕਾਰੀ ਮੋਟਰ ਪਹਿਲੇ ਚੱਲ ਰਹੀਆਂ ਨੇ ਹੋਰ ਪ੍ਰਬੰਧ ਹੁਣ ਸਰਕਾਰ ਗੱਲ ਕਰ ਰਹੀ ਹੈ ਜਿਸ ਤਰ੍ਹਾਂ ਦੇ ਤੁਸੀਂ ਆਪ ਆਓ ਤੁਸੀਂ ਮੌਕਾ ਵੇਖੋ ਕਿ ਕਿਸਾਨ ਤੇ ਪਾਣੀ ਚੜੀ ਜਾਂਦਾ ਕਿ ਪਿਛਲੇ 6 ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨ ਨਾਲ ਤਾਲਮੇਲ ਕਰ ਰਿਹਾ ਪ੍ਰਸ਼ਾਸਨ ਸੁਣ ਨਹੀਂ ਰਿਹਾ ਗੱਲ ਔਰ ਪਾਣੀ ਦਾ ਨਿਕਾਸੀ ਨਾ ਹੋਣਾ ਪਾਣੀ ਤੇ ਜ਼ਿਆਦਾ ਮਬਲ ਮੀ ਪਿਆ ਨਹੀਂ ਕਿਥੋਂ ਪਾਣੀ ਆ ਤੇ ਕੀ ਕਾਰਨ ਰਹਿ ਗਿਆ ਸਰ ਇਹ ਨਹੀਂ ਗੱਲ ਹੈ ਕਿ ਪ੍ਰਸ਼ਾਸਨ ਤਾਲਮੇਲ ਨਹੀਂ ਕਰ ਰਿਹਾ ਮੈਂ ਪਹਿਲਾਂ ਦੱਸ ਚੁੱਕਾ ਕਿ ਦੋਨਾਂ ਥਾਵਾਂ ਤੇ ਸਾਡੇ 2 ਪੁਆਇੰਟ ਬਣੇ ਹੋਏ ਨੇ ਮੋਟਰਾਂ ਚੱਲ ਰਹੀਆਂ ਨੇ ਆਲਰੇਡੀ ਸਰਕਾਰੀ ਮੋਟਰਾਂ ਚੱਲ ਰਹੀਆਂ ਨੇ ਗੁਲਾਬ ਰੋੜਾਂ ਵਾਲੇ 1 ਪੁਆਇੰਟ ਬਣਿਆ ਹੋਇਆ 1 ਮਹੀਨੇ ਪੁਆਇੰਟ ਬਣਿਆ ਪਰ ਉਹਨਾਂ ਦਾ ਮੰਨਣਾ ਕਿ 2 ਮੋਟਰਾਂ ਦੇ ਨਾਲ ਸਫੀਸ਼ੈਂਟ ਨਹੀਂ ਹੈ ਪਾਣੀ ਨਹੀਂ ਨਿਕਲ ਸਕਦਾ ਕਿਉਂਕਿ ਜਿਵੇਂ 20,000 ਏਕੜ ਦੱਸ ਰਿਹਾ 20,000 ਏਕੜ 'ਚ 2 ਮੋਟਰਾਂ ਕਿੱਥੇ ਕੰਮ ਕਰਨਗੀਆਂ ਡਰੇਨੇਜ ਵਿਭਾਗ ਨਾਲ ਤਾਲਮੇਲ ਚੱਲ ਰਿਹਾ ਜੀ ਅਤੇ ਉਹ ਜਲਦੀ ਕੋਈ ਪ੍ਰਬੰਧ ਹੋ ਜਾਏਗਾ ਕਦੋਂ ਤੱਕ ਇਹਨਾਂ ਦਾ ਪਾਣੀ ਦੇ ਨਿਕਾਸੀ ਹੋ ਜਾਏਗੀ ਸਰ ਉਮੀਦ ਹੈ ਕਿ ਜਲਦੀ ਕਿਉਂਕਿ ਪਾਣੀ ਜੇ ਬਾਰਿਸ਼ ਹੋਰ ਨਾ ਪਈ ਤਾਂ ਮੋਟਰਾਂ ਦਾ ਪ੍ਰਬੰਧ ਹੁਣੇ ਹੀ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਹੈ ਜਿਹੜੀ ਤਾਲਮੇਲ ਕਮੇਟੀ ਹੈ ਸੰਘਰਸ਼ ਕਮੇਟੀ ਬੈਠੀ ਇੱਥੇ ਉਹਨਾਂ ਨਾਲ ਵੀ ਗੱਲ ਚੱਲ ਰਹੀ ਹੈ ਜਲਦੀ ਮੋਟਰ ਦਾ ਪ੍ਰਬੰਧ ਹੋ ਜੂਗਾ ਸਰ ਜੇ ਇਹਨਾਂ ਗੱਲ ਕੀਤੀ ਜਾਵੇ ਇਹਨਾਂ ਵੱਲੋਂ ਜਿਹੜਾ ਰੋਡ ਵੀ ਜਾਮ ਕੀਤਾ ਗਿਆ ਮੁਕਤਸਰ ਆਫ ਫਰੀਦਕੋਟ ਜਾਂ ਰੋਡ ਜਾਮ ਕੀਤਾ ਗਿਆ ਉਸ ਨੂੰ ਲੈ ਕੇ ਸਰ ਕਿਵੇਂ ਤੁਸੀਂ ਧਰਨਾ ਚੁਕਾਓਗੇ ਇਹਨਾਂ ਦਾ ਕਿਵੇਂ ਰਹੇਗਾ ਦੇਖੋ ਜੀ ਕੋਸ਼ਿਸ਼ ਤਾਂ ਇਹੀ ਹੁਣ ਗੱਲ ਚੱਲ ਰਹੀ ਹੈ ਕਿ ਜਿਵੇਂ ਵੀ ਸਾਡੀ ਗੱਲ ਸਾਰਥਕ ਹੁੰਦੀ ਹੈ ਤੇ ਬਿਲਕੁਲ ਧਰਨਾ ਚੁਕਾਇਆ ਜਾਊਗਾ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI